ਬੜੀ ਸ਼ਰਮਨਾਕ ਖਬਰ ਕਿ ਦਿੱਲੀ ਦੇ ਵਿੱਚ ਇੱਕ ਗਰੋਹ ਫੜਿਆ ਹੈ ਨਕਲੀ ਡਾਕਟਰ ਇਹ ਕੋਈ ਅ ਨੀਰਜ ਅਗਰਵਾਲ ਤੇ ਉਹਦੀ ਵਾਈਫ ਪੂਜਾ ਅਗਰਵਾਲ ਤੇ ਇੱਕ ਹੋਰ ਡਾਕਟਰ ਜਸਪ੍ਰੀਤ ਸਿੰਘ ਤਿੰਨੋਂ ਹੀ ਨਕਲੀ ਤੇ ਤਿੰਨਾਂ ਦੇ ਨਾਲ ਇੱਕ ਲੈਬੋਰੀਟਰੀ ਟੈਕਨੀਸ਼ੀਅਨ ਵੀ ਰਲਿਆ ਹੋਇਆ ਸੀ ਲੋਕਾਂ ਦੇ ਝਾਲੀ ਆਪਰੇਸ਼ਨ ਕਰਦੇ ਸੀ ਪੂਰਾ ਇਹਨਾਂ ਨੇ ਆਪਰੇਸ਼ਨ ਥੀਏਟਰ ਬਣਾਇਆ ਹੋਇਆ ਸੀ ਲੋਕਾਂ ਨੂੰ ਲੁੱਟਦੇ ਸੀ ਔਰ ਇੱਕ ਬੰਦੇ ਦੀ ਮੌਤ ਹੋਈ ਜਿਸ ਦਾ ਇਹਨਾਂ ਨੇ ਗਲਤ ਆਪਰੇਸ਼ਨ ਕੀਤਾ ਜਦੋਂ ਛਾਪਾ ਮਾਰਿਆ ਪੁਲਿਸ ਨੇ ਪਤਾ ਲੱਗਾ ਕਿ ਸਭ ਕੁਝ ਨਕਲੀ ਹੈ। ਔਰ ਕਿਉਂ ਇਹ ਬੰਦੇ ਸਾਰਾ ਕੰਮ ਕਰ ਰਹੇ ਸੀ ਇਹ ਬੜੀ ਆਪਣੇ ਆਪ ਚ ਹੈਰਾਨਗੀ ਦੀ ਗੱਲ ਹੈ। ਹੋਰ ਤੇ ਕੋਈ ਨਕਲੀ ਹੋਏ ਕੰਮ ਕਰੇ ਪਰ ਡਾਕਟਰ ਨਕਲੀ ਬਣ ਜਾਏ ਔਰਪਰੇਸ਼ਨ ਨਕਲੀ ਸ਼ੁਰੂ ਕਰ ਦੇਵੇ। ਇਸ ਤੋਂ ਹੈਰਾਨਗੀ ਦੀ ਗੱਲ ਕਿ ਹੋ ਸਕਦੇ ਉਹ ਵੀ ਦਿੱਲੀ ਵਰਗੇ ਸ਼ਹਿਰ ਦੇ ਵਿੱਚ। ਤੋਂ ਇਹ ਫੜੇ ਗਏ ਨੇ ਤਿੰਨ ਡਾਕਟਰ ਤੇ ਇੱਕ ਟੈਕਨੀਸ਼ੀਅਨ ਲੈਬੋਰਟਰੀ ਦਾ।